हाँ जी भी जी, सारे सत श्रीकाल जी। संदीप डेयरी फार्म तरह बहुत बहुत वेलकम है जी। आदि भी जी अपनी विजिट हैगी आ पिंड महबूबपुर जी, जिला अमृतसर पैंदा। इन्हें भीर होने पहले वीडियो बनाने लगे जी, आप कुछ पशु सेल है जी। हाँ तो आओ हूँ भाई आप गलबात करिए, की प्राइस तो की मिलिक रिकॉर्ड आ। उस तो पहले भी जी रिक्वेस्ट करें थोड़े अगे कि जेडे भीर पहली वीडियो वेख रहे हैं उन्होंने भीर रिक्वेस्ट आ कि अपने चैनल में सबसक्राइब कर जी, तो घंटे बने जरूर दबान ता कि तो नवी वीडियो आ सके। भी जी एक होर रिक्वेस्ट आ, इत्थे आओ एक टाइम दो टाइम चुआई करो, ठीक है ना जी। जो गिब्बण पशु पास करके लेके जाओ, क्योंकि तो भी जी मेरा हर बार तुम एक ही सवाल होंगे कि तुम आज पूरी तसली करो। भी जी आरी पूरी तसली करोगे, ठीक है ना, बार किसी चीज़ का कोई लांभा नहीं आऊगा। आरी पूरी तसली करके पशु लेके जाओ, ठीक है जी। तो हम बाई ने गलबात करिए, वीडियो शुरू करिए जी। हाँ जी भाई, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਸੰਦੀਪ ਜੀ, ਕੀ ਹਾਲ ਹੈ? ਠੀਕ ਠਾਕ ਜੀ। ਪਹਿਲਾਂ ਤੁਹਾਡਾ ਬਹੁਤ ਸਵਾਗਤ ਤੁਹਾਡਾ ਜੀ। ਸਾਡਾ ਵੀਰ ਜੀ ਬਹੁਤ ਬਹੁਤ ਸਵਾਗਤ ਸਾਡੇ ਘਰ ਵਿੱਚ ਆਉਣ ਤੇ। ਤੇ ਬਾਜੀ ਵਪਾਰ ਕਰਦੇ ਜੀ ਆਪਾਂ? ਹਾਂ ਜੀ ਵੀਰ ਜੀ, ਵਪਾਰ ਕਰਦੇ ਹਾਂ। ਤੇ ਕਿੰਨੇ ਆਈਟਮ ਹੋ ਗਏ ਬਾਜੀ ਕਰਦੇ ਨੂੰ? ਆਪਾਂ ਨੂੰ ਵੀਰ ਜੀ 3 ਸਾਲ ਹੋ ਗਏ, ਪਹਿਲਾਂ ਤਾਂ ਆਰਮੀ 'ਚ ਸੀ। ਅੱਛਾ ਜੀ। ਤੇ ਆਰਮੀ ਦੇ ਵਿੱਚ ਆਪਾਂ 21 ਸਾਲ ਸੇਵਾ ਕੀਤੀ ਆ। ਠੀਕ ਹੈ ਜੀ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਹੁਣ ਆਪਾਂ ਇੱਥੇ ਘਰ ਆ ਗਏ ਤੇ ਇਹ ਆ ਵੀ ਚਲੋ ਹੁਣ ਘਰ ਵਿਹਲੇ, ਤੁਹਾਨੂੰ ਪਤਾ ਰਿਹਾ ਨਹੀਂ ਜਾਂਦਾ। ਹਾਂ ਜੀ ਹਾਂ ਜੀ, ਬਿਲਕੁਲ ਜੀ। ਤੇ ਆ ਵੀਡੀਓ ਤਾਂ ਅੱਛਾ ਜੀ, ਅੱਛਾ ਠੀਕ ਹੈ। ਤੇ ਹੁਣ ਫਿਰ ਆਪਾਂ ਪਹਿਲੀ ਵਾਰ ਲੱਗੇ ਬਣਾਉਣ, ਕਿਉਂਕਿ ਅਸੀਂ ਆ ਪਹਿਲਾਂ ਲਾਗੇ ਸ਼ਾਗੇ ਸਾਰੇ ਤਕਰੀਬਨ ਇੱਥੇ ਜਿੰਨਾ ਵੀ ਆਪਣਾ ਇਲਾਕਾ ਜਾਂਦਾ। ਤੇ ਵੀ ਚਲੋ ਇਦਾਂ ਦਾ ਵੀ ਕੋਈ ਨਾ ਕੋਈ ਕੰਮ ਚਾਹੀਦਾ ਵਾ। ਹਾਂ ਜੀ ਬਿਲਕੁਲ। ਇਹਦੇ ਵਿੱਚ ਮਤਲਬ ਸਾਰੇ ਆਪਣੇ ਵੀਰ ਭਰਾ ਜਿਹੜੇ ਸਾਡੇ ਲੈਵਲ ਦੇ ਉਹ ਵੇਖਣ। ਬਿਲਕੁਲ। ਪਹਿਲਾਂ ਤੇ ਚਲੋ ਪੁਰਾਣੇ ਵਪਾਰੀ ਸੀ, ਹਾਂ ਜੀ ਹਾਂ ਜੀ, ਬਜ਼ੁਰਗ ਹੋ ਗਏ ਕੋਈ ਅੱਜਕੱਲ ਨਹੀਂ ਆ। ਹਾਂ ਜੀ ਹਾਂ ਜੀ, ਨਵੀਂ ਪੀੜ੍ਹੀ ਦੇ ਵਿੱਚੋਂ ਵੀ ਕੋਈ ਨਾ ਕੋਈ ਇਦਾਂ ਦਾ ਹੋਣਾ ਚਾਹੀਦਾ ਜੀ। ਜ਼ਰੂਰੀ ਜ਼ਰੂਰੀ ਜ਼ਰੂਰੀ, ਠੀਕ ਹੈ ਜੀ। ਤੇ ਫਿਰ ਜੋ ਮਤਲਬ ਕਿ ਫਿਰ ਸਾਰਾ ਇੰਡੀਆ ਘੁੰਮਿਓਗੇ ਫਿਰਦਾ ਜੀ? ਹਾਂ ਜੀ ਹਾਂ ਜੀ, ਇੰਡੀਆ ਜੋ ਤਕਰੀਬਨ ਸਮਝ ਲਓ ਕਿ ਖੁਸ਼ੀ ਬੰਦਾ ਤੇ ਡਰਾਈਵਰ ਬੰਦਾ ਸਾਰਾ ਘੁੰਮ ਹੀ ਲੈਂਦਾ ਜੀ। ਸਰ ਤੁਸੀਂ ਘੁੰਮ ਹੀ ਲਿਓਗੇ ਨੇ ਆਰਮੀ ਦੇ ਵਿੱਚ, ਤੁਹਾਨੂੰ ਪਤਾ ਡਿਊਟੀ ਇਦਾਂ ਦੀ, ਫਸਟ ਇਧਰੋਂ ਜੋ ਚਲੇ ਕੰਨਿਆ ਕੁਮਾਰੀ ਤੱਕ ਘੁੰਮ ਆਏ ਜੀ। ਠੀਕ ਹੈ ਜੀ, ਠੀਕ ਹੈ। ਹਦਰਾਬਾਦ, ਰਾਜਸਥਾਨ, ਸ਼੍ਰੀਨਗਰ, ਜੰਮੂ, ਹਾਂ ਜੀ ਹਾਂ ਜੀ, ਦੁੱਖ ਮੁਸੀਬਤ ਵੇਖੀ ਹੈ ਜੀ। ਚਲੋ ਠੀਕ ਹੈ ਜੀ। ਤੇ ਫਿਰ ਜਿਹੜੀ ਖਰੀਦ ਹੈ ਭਾਜੀ ਫਿਰ ਇੱਥੋਂ ਹੀ ਬਾਹਰੋਂ ਜੀ? ਇਹ ਆਪਣੇ ਵੀਰ ਜੀ ਆ ਜਿਹੜੀ ਝੋਟੀ ਆ ਆਪਣੇ ਕੋਲ, ਹਾਂਜੀ, ਇਹ ਮੁਕਸਰ ਦੀ ਝੋਟੀ ਆ। ਅੱਛਾ, ਮੁਕਸਰ ਸਾਈਡ ਤੋਂ? ਇਹ ਮੁਕਸਰ ਦੀ ਆ। ਹਾਂਜੀ। ਤੇ ਆ ਆਪਣੀ ਲੋਕਲ ਹੈ ਜੀ? ਅੱਛਾ, ਇਹ ਲੋਕਲ? ਅੰਮ੍ਰਿਤਸਰ ਤੋਂ ਲੈਂਦੀ? ਅੱਛਾ, ਅੰਮ੍ਰਿਤਸਰ ਤੋਂ ਲੈਂਦੀ ਆ, ਠੀਕ। ਮਤਲਬ ਚੰਗਾ ਪਸ਼ੂ ਮਿਲਣਾ ਚਾਹੀਦਾ ਜਿੱਥੋਂ ਮਰਜ਼ੀ ਲਿਆਓ। ਆਪਾਂ ਕਦੀ ਮਾੜਾ ਪਸ਼ੂ ਨਹੀਂ, ਆਪਣੇ ਇਹ ਪਸ਼ੂ ਹੋਰ ਵੀ ਵਜੇ ਆ। ਹਾਂਜੀ ਹਾਂਜੀ, ਇਹਦੇ ਵਿੱਚੋਂ ਵੀ ਆਪਾਂ ਉਸੇ ਲੈਵਲ ਨਾਲ, ਮਤਲਬ ਜਦੋਂ ਲੈਵਲ ਦੇ ਪੀਕ ਤੇ ਬਿਲਕੁਲ ਮਜ਼ਾ ਆ ਜਾਂਦੀ ਨਾ। ਠੀਕ ਹੈ ਜੀ। ਉਸ ਟਾਈਮ ਤੇ ਆਪਾਂ ਸੇਲ ਕਰਦੇ ਹਾਂ, ਬਾਕੀ ਇਸ ਤਰ੍ਹਾਂ ਨਹੀਂ ਕਿ ਆਪਾਂ ਕੱਚੀ ਡੰਗਰ ਜਾਂ ਉਦਾਂ ਦਾ ਕੋਈ ਨਹੀਂ ਆਪਾਂ ਸੇਲ ਕਰਦੇ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਚਲੋ ਐਡਰੈਸ ਬੋਲੋ ਫਿਰ ਆਪਣਾ ਜੀ। ਇਹ ਐਡਰੈਸ ਵੀ ਜੀ ਆਪਣਾ ਨਾਮ ਰਜਿੰਦਰ ਸਿੰਘ ਹੈ ਜੀ। ਹਾਂਜੀ। ਤੇ ਮੋਬਾਈਲ ਨੰਬਰ ਹੈਗਾ 6842 7387। ਠੀਕ ਹੈ ਜੀ। 6842 7387। ਹਾਂਜੀ। ਪਿੰਡ ਆਪਣਾ ਮਹਿਮੂਦਪੁਰ ਹੈ ਜੀ। ਹਾਂਜੀ। ਤੇ ਇਹ ਵੀ ਜਿੱਥੋਂ ਪੈ ਜਾਂਦਾ ਜੇ ਤਕਰੀਬਨ ਬਟਾਲਾ 12 ਕਿਲੋਮੀਟਰ ਹੈ ਜੀ। ਹਾਂਜੀ। ਤੇ ਮਹਿਤਾ ਇੱਥੋਂ 25 ਕਿਲੋਮੀਟਰ ਹੈ ਜੀ। ਠੀਕ ਹੈ ਜੀ। ਤੇ ਅੰਮ੍ਰਿਤਸਰ ਇੱਥੋਂ 35 ਕਿਲੋਮੀਟਰ ਹੈ ਜੀ। ਠੀਕ ਹੈ ਜੀ। ਹਾਂਜੀ, ਸੈਂਟਰ ਜੀ ਇਹਦੇ ਵਿੱਚ ਪਿੰਡ ਆਪਣਾ। ਮਤਲਬ ਕਿ ਅੰਮ੍ਰਿਤਸਰ ਜ਼ਿਲ੍ਹਾ ਪੈਂਦਾ ਇਹਨੂੰ? ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਇਹ, ਮਤਲਬ ਅੰਮ੍ਰਿਤਸਰ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਵੀ। ਲਾਸਟ ਪਿੰਡ ਹੈ। ਲਾਸਟ ਪਿੰਡ। ਠੀਕ ਹੈ ਜੀ। ਤੇ ਇਧਰੋਂ ਇਹ ਇੱਥੋਂ ਅੱਗੇ ਪਿੰਡ ਆ, ਇਧਰ ਚੱਲ ਜਾਈਏ ਗੁਰਦਾਸਪੁਰ ਚ ਪੈ ਜਾਂਦਾ ਜਿਹੜਾ ਸੋਨੂ ਵੀਰ ਆਪਣਾ ਵਪਾਰੀ ਆ। ਹਾਂਜੀ ਹਾਂਜੀ। ਤੇ ਉਹ ਵੀ ਬਹੁਤ ਵਧੀਆ ਬੰਦੇ ਆ। ਹਾਂਜੀ। ਜਿਹੜਾ ਪਿੰਡ ਆ ਉਹ ਗੁਰਦਾਸਪੁਰ ਪੈ ਗਿਆ। ਠੀਕ ਹੈ ਜੀ। ਤੇ ਇਧਰੋਂ ਨਿੰਮਾ ਵੀਰ ਸਾਡੇ ਲਾਗੇ ਜਿਹੜੇ ਮਸ਼ਹੂਰ, ਜਿਹੜੇ ਮਸ਼ਹੂਰ ਮਸ਼ਹੂਰ ਵਧੀਆ ਵਪਾਰੀ, ਬਿਲਕੁਲ ਜੀ ਬਿਲਕੁਲ, ਹਾਂਜੀ ਨੰਬਰ 1 ਤੇ ਵਪਾਰੀ। ਹਾਂਜੀ ਹਾਂਜੀ ਬਿਲਕੁਲ। ਤੇ ਨਿੰਮੇ ਵੀਰ ਦਾ ਜਿਹੜਾ ਉਹ ਮੱਤੇਵਾਲ, ਉਹ ਵੀ ਅੰਮ੍ਰਿਤਸਰ ਪੈ ਜਾਂਦਾ ਸਾਡੇ ਜ਼ਿਲ੍ਹੇ ਦੇ ਵਿੱਚ। ਠੀਕ ਹੈ ਜੀ। ਬਹੁਤ ਆਉਣ ਜਾਣਾ ਉਹ ਵੀਰ ਦਾ ਵੀ ਬਹੁਤ। ਨਹੀਂ ਨਹੀਂ ਵਧੀਆ ਵਧੀਆ ਬੰਦੇ, ਸਭ ਵਧੀਆ ਵਾ। ਕਰੀ ਸ਼ੁਰੂ ਜੀ ਫਿਰ ਜੀ, ਇਹਦੇ ਬਾਰੇ ਦੱਸੋ ਭਾਜੀ। ਇਹ ਵੀਰ ਜੀ ਮੂੰਹ ਦੋ ਦੰਦ ਜੀ। ਹਾਂਜੀ, ਝੋਟੀ ਹੈ ਜੀ। ਠੀਕ ਹੈ ਜੀ। ਤੇ ਦੁੱਧ ਵੀ ਜਿਹੜੇ ਕੋਲ 7 ਕਿਲੋ ਜੀ। 7 ਕਿਲੋ ਤਿਆਰ ਹੈ ਜੀ। ਠੀਕ ਹੈ ਜੀ। 14 ਦਿਨ ਹੋਏ ਨੇ ਸੂਈ ਨੂੰ। ਸੂਈ ਨੂੰ? ਹਾਂਜੀ, 13-14 ਦਿਨ। ਠੀਕ ਹੈ। ਕਿਉਂਕਿ ਆਪਾਂ ਇਹ ਕਹਿ ਦਈਏ 10 ਲੀਟਰ 11 ਲੀਟਰ। ਹਾਂਜੀ। 12 ਲੀਟਰ ਉਹ ਦੰਦਾਂ ਨੇ ਜੀ। ਹਾਂਜੀ। ਜੋ ਪਕਵਾਂ ਦੁੱਧ ਜਿੰਨਾ ਕਿਸੇ ਨੂੰ ਅਗਲੇ ਨੂੰ ਦੇਣਾ ਵਾ, ਉਹਨਾਂ ਦੁੱਧ ਜਿਹੜੇ ਥੱਲੇ। ਠੀਕ ਹੈ ਜੀ। ਬਾਕੀ ਥਣ ਬਹੁਤ ਸੋਹਣਾ, ਲੰਬੀ ਬੂਸੀ, ਬਹੁਤ ਵਧੀਆ ਪਿਓਰ ਨੀਲੀ ਦੇ ਨੀਲੀ ਚ ਆ ਗਿਆ। ਤੇ ਚੋਈ ਜੀ ਬਿਲਕੁਲ 90% ਵਿੱਚ ਤੁਸੀਂ ਲਾਓ ਨੀਲੀ, ਕਿਉਂਕਿ ਅੱਖਾਂ ਨਹੀਂ, ਜੇ ਕੋਈ ਅੱਖਾਂ ਨਹੀਂ, ਅੱਖਾਂ ਹੈ ਨਹੀਂ ਨਾ। ਹਾਂਜੀ, ਅੱਖਾਂ ਨਹੀਂ ਜੇ, ਅੱਖਾਂ ਦੀਆਂ ਮਾੜੀਆਂ ਮਾੜੀਆਂ ਨਿਸ਼ਾਨ ਜੇ, ਹਨਾ। ਹਾਂਜੀ, ਨਿਸ਼ਾਨ ਹੈ। ਬਾਕੀ ਇਹਦੇ ਵਿੱਚ ਆ ਹੁਣ ਪਿੱਛੇ ਦੇ ਕਟਾ ਜਵਾ ਕੇ ਜਿਹੜਾ, ਇਹ ਪੂਰਾ ਪਿਓਰ ਨੀਲੀ ਦਾ ਜੀ। ਪਿਓਰ ਨੀਲੀ ਦਾ, ਇਥੋਂ ਮਰਜ਼ੀ ਧੁੰਨ ਖਾਣ। ਹਾਂਜੀ ਹਾਂਜੀ ਬਿਲਕੁਲ, ਸਾਰਾ ਕੁਝ ਇਹ ਜਿਹੜਾ। ਤੇ ਖੋਲੋ ਵੀਰ ਜੀ, ਫਿਰ ਦਿਖਾਈਏ ਵੀਰ ਨੂੰ ਆਪਾਂ। ਤੇ ਵੀਰ ਜੀ ਆ ਦੇਖੋ ਜੀ, ਪਿਓਰ ਨੀਲੀ ਦਾ ਵੀ ਹੈ। ਚਲੋ 95% ਬਾਈਆਂ ਨੂੰ ਗੱਲ ਸਹੀ ਹੈ ਜੀ, ਠੀਕ ਹੈ। ਕੋਈ ਅੱਖਾਂ ਥੋੜੀ ਥੋੜੀ ਹੈਗੀਆਂ ਤੁਸੀਂ, ਠੀਕ ਹੈ ਨਾ ਜੀ। ਆ ਦੇਖੋ ਜੀ, ਬਾਕੀ ਚੋਟੀ ਕਾਟ ਦਾ ਹੱਥ ਬਹੁਤ ਵਧੀਆ ਜੀ। ਤੇ ਭਾਜੀ ਫਿਰ ਸਵੇਰ ਫਿਰ ਚੋਈ ਟਾਈਮ ਕਿੰਨੇ ਵਜੇ ਤੁਹਾਡਾ ਜੀ? ਕੋਈ ਮੈਂ ਤੁਹਾਨੂੰ ਦੱਸਣਾ ਵੀ ਖੋਜਾਂਗਾ, 4:30 ਵਜੇ ਆਪਾਂ ਚੋਈ। 4:30, 12:30 ਟਾਈਮ ਹੋ ਚੁੱਕਾ ਜੀ। ਹਾਂ ਬਿਲਕੁਲ ਜੀ ਬਿਲਕੁਲ। ਆ ਦੇਖੋ ਜੀ, ਉਹ ਤਾਂ ਬੰਦ ਹੋ ਜੀ, ਸਾਨੂੰ ਦਿਖਾਈਏ ਚੰਗੀ ਤਰ੍ਹਾਂ। ਆ ਦੇਖੋ ਜੀ, ਤੇ ਬਾਜੀ ਫਿਰ ਇਹਦੀ ਕੀਮਤ ਜੀ?
जवान ठीक है। टाइम हो चुका जा रहे सुई फिर भी तोकड़ी कहवा जी फिर अच्छा ढाई महीने तोकड़ नहीं होंगी ठीक है ठीक है बिलकुल जी बिलकुल पोलीदार है जी रूम वर्गी हां ले चलो उ ले चलो जी ले चलो ठीक है ते आ कट्टी आ गई मगर जी आ देखो आ देखो जी ठीक है। ते बाजी फरंदी कीमत ठीक है चलो ठीक है आस दो पशु तो भी जी आ पशु वीर दो बच्चे चुंगी जाते जी हां जी हां ठीक है जी फिर भी इतने आ गए एक टाइम दो टाइम चुवाई करके लेके जाओ हाँ जी हाँ जी हाँ जी पता नहीं सोहनी सोहनी झोटी है जी अच्छा जी थले ठीक है जी हाँ जी हाँ बिलकुल जी चलो भी जी नंबर फिर बोलो जी अपना नंबर भी जी 6842 हाँ जी 7587 ठीक है जी ए नंबर व्हाट्सएप चल रहा है चलो फिर जिस तरह गल तुम कर लिया जी बहुत बहुत धन्यवाद जी हाँ जी सत श्री अकाल सत श्री अकाल।